ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀਏ ਸੈਮੈਸਟਰ ਤੀਸਰਾ ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਪੰਜਾਬ ਨਿਬੰਧ ਸੰਗ੍ਰਹਿ ਵਿੱਚੋਂ ਲੋਕਗੀਤਾਂ ਦਾ ਇਤਿਹਾਸ ਨਿਬੰਧ ਅਸੀਂ ਪੜ ਚੁੱਕੇ ਹਾਂ ਜਿਸ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਹਨ ਤੁਸੀਂ ਉੱਥੋਂ ਜਾ ਕੇ ਇਸ ਪੂਰੇ ਨਿਬੰਧ ਨੂੰ ਸੁਣ ਤੇ ਸਮਝ ਸਕਦੇ ਹੋ ਅੱਗੇ ਅਸੀਂ ਕਰਾਂਗੇ ਇਸ ਨਿਬੰਧ ਨਾਲ ਸੰਬੰਧਿਤ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਲੋਕਗੀਤਾਂ ਦਾ ਇਤਿਹਾਸ ਨਿਬੰਧ ਦਾ ਲੇਖਕ ਕੌਣ ਹੈ ਉੱਤਰ ਹੈ अवतार सिंह दिलेर प्रश्न दूसरा दुनिया ਕਿੰਨਾ ਦੋ ਟੜਿਆਂ ਵਿੱਚ ਵੰਡੀ ਹੋਈ ਹੈ ਉਹ ਟੜੇ ਕੀ ਕਰ ਰਹੇ ਹਨ ਉੱਤਰ ਲੇਖਕ ਅਨੁਸਾਰ ਦੁਨੀਆ ਦੋ ਟੜਿਆਂ ਵਿੱਚ ਵੰਡੀ ਹੋਈ ਹੈ ਇੱਕ ਪਾਸੇ ਜੰਗਬਾਜ਼ਾਂ ਦਾ ਟੋਲਾ ਹੈ ਜੋ ਦੁਨੀਆ ਦੀ ਤਬਾਹੀ ਦੇ ਜੰਗੀ ਸਮਾਨ ਪੈਦਾ ਕਰਦਾ ਹੈ ਤੇ ਦੂਜੇ ਪਾਸੇ ਅਮਨ ਪਸੰਦ ਜਨਤਾ ਹੈ ਜੋ ਲੋਕ ਰਾਏ ਦੇ ਹਥਿਆਰ ਨਾਲ ਜੰਗ ਰੋਕਣ ਦੇ ਯਤਨ ਵਿੱਚ ਲੱਗੀ ਹੋਈ ਹੈ ਪ੍ਰਸ਼ਨ ਤੀਸਰਾ ਪੰਜਾਬੀ ਲੋਕ ਗੀਤਾਂ ਦਾ ਬਹੁਤਾ ਹਿੱਸਾ ਕਿਨਾਂ ਦੀਆਂ ਕਸਕਾਂ ਤੇ ਹੂਕਾਂ ਨੂੰ ਬਿਆਨ ਕਰਦਾ ਹੈ ਉੱਤਰ ਲੋਕ ਗੀਤਾਂ ਦਾ ਬਹੁਤਾ ਹਿੱਸਾ ਜੰਗ ਨੂੰ ਟੁਰ ਗਏ ਪਰਦੇਸੀ ਢੋਲਣ ਦੇ ਵਿਛੋੜੇ ਦੀਆਂ ਕਸਕਾਂ ਜਾਂ 나ਜੋਨਾਰ ਦੇ ਪਿਆਰ ਲਈ ਪ੍ਰਦੇਸਾਂ ਵਿੱਚ ਤੜਫਦੇ ਸਿਪਾਹੀ ਦੀਆਂ ਹੂਕਾਂ ਨੂੰ ਬਿਆਨ ਕਰਦਾ ਹੈ ਪ੍ਰਸ਼ਨ ਚੌਥਾ ਕੋਈ ਅਜਿਹਾ ਲੋਕ ਗੀਤ ਲਿਖੋ ਜਿਸ ਵਿੱਚ ਪਤਨੀ ਦੀ ਜੰਗ ਵਿੱਚ ਗਏ ਪਤੀ ਲਈ ਤੜਫ ਅੰਕਿਤ ਹੋਵੇ ਉੱਤਰ ਚਾਵਾ 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 ਜੁੱਤੀ ਮੇਰੀ ਮਖਮਲ ਦੀ ਵਿੱਚ ਪੈਰ ਮੈਂ ਧੋ ਤੋ ਪਾਵਾਂ ਪੁੱਤ ਮੇਰੇ ਸੋਹਰੇ ਦਾ ਲੱਗੀ ਲਾਮ ਤੇ ਲਵਾ ਗਿਆ ਨਾਵਾ ਕੋਲਾ ਕੂਕਦੀਆਂ ਕਿਤੇ ਬੋਲ ਚੰਦਰਿਆ ਖਾਵਾਂ ਜਾਂਦਾ ਹੋਇਆ ਦਸ ਨਾ ਗਿਆ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ ਪ੍ਰਸ਼ਨ ਪੰਜਵਾਂ ਲੋਕ ਗਾந்தி ਸਿਰਜਣਾ ਕਿਵੇਂ ਹੁੰਦੀ ਹੈ ਉੱਤਰ ਲੋਕਗਾਨ ਖੁਸ਼ੀ ਅਤੇ ਗਮੀ ਦੇ ਛਿਨਾ ਵਿੱਚ ਆਪ ਮੁਹਾਰੇ ਫੁੱਟਿਆ ਹੋਇਆ ਤੇ ਗਾਇਆ ਜਾ ਸਕਣ ਵਾਲਾ ਬੋਲ ਹੁੰਦਾ ਹੈ ਹਰ ਲੋਕਗਾਨ ਦੀ ਰਚਨਾ ਸੰਭਵ ਹੈ ਕਿ ਕਿਸੇ ਸਮੇਂ ਕਿਸੇ ਕਾਵਿ ਪ੍ਰਤਿਭਾ ਵਾਲੇ ਮਰਦ ਜਾਂ ਇਸਤਰੀ ਨੇ ਕਿਸੇ ਖਾਸ ਛਿੰਨ ਵਿੱਚ ਕੀਤੀ ਹੋਵੇ ਪਰੰਤੂ ਇਹਨਾਂ ਦੇ ਰਚਨਹਾਰੇ ਅਗਿਆਤ ਹੁੰਦੇ ਹਨ ਕਿਉਂਕਿ ਕਿਸੇ ਇੱਕ ਛਿੰਨ ਦੇ అనుਭਵ ਸਮੇਂ ਰਚਿਆ ਗਿਆ ਕਾ ਬੋਲ ਮੂੰਹੋਂ ਮੂੰਹ ਹੁੰਦਾ ਹੋਇਆ ਮਨੁੱਖੀ ਅਨੁਭਵ ਦੀ ਥਾਂ ਉੱਤੇ ਚੜ ਕੇ ਜਿੱਥੇ ਉਹ ਬਹੁਤ ਹੀ ਉੱਚ ਕੋਟੀ ਦਾ ਕਲਾਮਈ ਬੋਲ ਹੋ ਨਿਬੜਦਾ ਹੈ ਉੱਥੇ ਉਸ ਵਿਚਲਾ ਸੰਗੀਤਕ ਤੇ ਸਰੋਦੀ ਅੰਚਵੀ ਵਿਸ਼ੇਸ਼ ਰੂਪ ਧਾਰਨ ਕਰ ਲੈਂਦਾ ਹੈ ਪ੍ਰਸ਼ਨ 6 ਜੰਗ ਵਿੱਚ ਗਏ ਆਪਣੇ ਪਤੀ ਨੂੰ ਘਰ ਬੁਲਾਉਣ ਲਈ ਪਤਨੀ ਕਿਹੜੇ-ਕਿਹੜੇ ਚਲਿੱਤਰ ਖੇਡਦੀ ਹੈ ਉੱਤਰ ਜਦੋਂ ਜੰਗ ਵਿੱਚ ਗਿਆ ਪਤੀ ਉਸਦੇ ਬਾਰ-ਬਾਰ ਚਿੱਠੀਆਂ ਲਿਖਣ ਤੇ ਵੀ ਫਰੰਗੀ ਦੀ ਨੌਕਰੀ ਕਾਰਨ ਘਰ ਵਾਪਸ ਨਹੀਂ ਆਉਂਦਾ ਤਾਂ ਉਹ ਕਦੇ ਸੱਸ ਦੇ ਤੇ ਕਦੇ ਸਹੁਰੇ ਦੇ ਮਰਨ ਦਾ ਬਹਾਨਾ ਲਿਖ ਕੇ ਭੇਜਦੀ ਹੈ ਜਦੋਂ ਇਸ ਦਾ ਵੀ ਅਸਰ ਨਹੀਂ ਹੁੰਦਾ ਤਾਂ ਉਹ ਹੋਰ ਲਿਖ ਭੇਜਦੀ ਹੈ ਕਿ ਤੇਰੀ 나ਜੂਨਾਰ ਮਰ ਗਈ ਹੈ ਪ੍ਰਸ਼ਨ 7ਵਾਂ ਜੰਗ ਸੰਬੰਧੀ ਲੋਕਗੀਤਾਂ ਦੀ ਰਚਨਾ ਕਿੰਨੀ ਕੁ ਪੁਰਾਣੀ ਹੈ ਉੱਤਰ ਜੰਗ ਸੰਬੰਧੀ ਲੋਕਗੀਤਾਂ ਦੀ ਰਚਨਾ ਸਿੱਖਾਂ ਦੀਆਂ ਕਾਬਲ ਦੀਆਂ ਮੁਹਿੰਮਾਂ ਤੇ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਤੋਂ ਵੀ ਪੁਰਾਣੀ ਹੈ ਪ੍ਰਸ਼ਨ 8ਵਾਂ ਪੁਰਾਤਨ ਸਮੇਂ ਵਿੱਚ ਦੁਸ਼ਮਣ ਦੇ ਟਾਕਰੇ ਲਈ ਪੰਜਾਬੀ ਕਿਸ ਤਰ੍ਹਾਂ ਚੜਪੈਂਦੇ ਸਨ ਉੱਤਰ ਪੁਰਾਤਨ ਸਮੇਂ ਵਿੱਚ ਪੰਜਾਬੀ ਦੁਸ਼ਮਣ ਦੇ ਟਾਕਰੇ ਲਈ ਭੱਜੇ ਟੁੱਟੇ ਹਥਿਆਰ ਸਾਹਮਣੇ ਬਿਨਾਂ ਕਾਠਿਓਂ ਅਲਾਣੀਆਂ ਘੋੜੀਆਂ ਉੱਤੇ ਹੀ ਚੜ ਕੇ ਤੁਰ ਪੈਂਦੇ ਸਨ ਤੇ ਉਹ ਕਿਸੇ ਦੇ ਰੋਕਿਆ ਨਹੀਂ ਸਨ ਰੁਕਦੇ ਪ੍ਰਸ਼ਨ ਨਵਾਂ ਜੰਗ ਵਿੱਚ ਗਏ ਆਪਣੇ ਪਤੀ ਦੇ ਵਿਛੋੜੇ ਵਿੱਚ ਸੱਜ ਵਿਆਹੀ ਮੁਟਿਆਰ ਕਿਸ ਤਰ੍ਹਾਂ ਤੜਫਦੀ ਹੈ ਜਾਂ ਜੰਗ ਵਿੱਚ ਗਏ ਆਪਣੇ ਪਤੀ ਨੂੰ ਘਰ ਬੁਲਾਉਣ ਲਈ ਪਤਨੀ ਕਿਹੜੇ-ਕਿਹੜੇ ਚਲਿੱਤਰ ਖੇੜਦੀ ਹੈ ਉੱਤਰ ਪੰਜਾਬੀ ਦੇ ਲੋਕ ਗੀਤਾਂ ਦਾ ਵੱਡਾ ਹਿੱਸਾ ਜੰਗ ਵਿੱਚ ਗਏ ਪਰਦੇਸੀ ਢੋਲੇ ਲਈ ਪਿੱਛੇ ਰਹੀ ਉਸ ਦੀ ਪਤਨੀ ਦੀਆਂ ਵਿਛੋੜੇ ਦੀਆਂ ਕਸਕਾਂ ਜਾਂ ਢੋਲੇ ਦੀ ਆਪਣੀ ਨਾਰ ਨੂੰ ਮਿਲਣ ਦੀ ਤੜਫ ਨਾਲ ਸੰਬੰਧਿਤ ਹੈ ਵਿਚਾਰਾ ਢੋਲਾ ਵਿਆਹ ਕਰਾਉਂਦਿਆਂ ਹੀ ਭਰਤੀ ਹੋ ਗਿਆ ਜਾਂ ਅਜੇ ਚਾਵਾਂ ਨਾਲ ਮੁਕਲਾਵਾ ਲਿਆਇਆ ਹੀ ਸੀ ਕਿ ਪਲਟਣ ਤੋਂ ਬੁਲਾਵਾ ਆ ਗਿਆ ਪਤਨੀ ਆਪਣੇ ਟੋਲ ਤੋਂ ਵਿਛੜਨਾ ਨਹੀਂ ਚਾਹੁੰਦੀ ਤੇ ਉਹ ਬੇਵਸ ਹੋਈ ਫਰੰਗੀ ਨੂੰ ਦੁਰਅਸੀਸਾਂ ਦਿੰਦੀ ਹੈ ਮੇਰਾ ਸਬਰ ਫਰੰਗੀਆਂ ਨੂੰ ਮਾਰੇ ਨਾ ਦਿੰਦਾ ਛੁੱਟੀਆਂ ਨਾ ਤਲਬਾ ਤਾਰੇ ਪਤੀ ਤੋਂ ਵਿਛੜ ਕੇ ਵਿਚਾਰੀ ਸਜ ਵਿਆਹੀ ਦਾ ਧਿਆਨ ਹਰ ਵੇਲੇ ਉਸ ਵਿੱਚ ਰਹਿੰਦਾ ਹੈ ਉਹ ਹਰ ਸਮੇਂ ਬੇਸ਼ੱਕ ਘਰ ਦੇ ਕੰਮਾਂ ਵਿੱਚ ਲੱਗੀ ਦਿਸਦੀ ਹੈ ਪਰੰਤੂ ਉਸ ਦਾ ਦਿਲ ਉਸ ਤੇ ਵਿਛੋੜੇ ਵਿੱਚ ਤੜਫ ਰਿਹਾ ਹੁੰਦਾ ਹੈ ਨਾਲੇ ਧਾਰ ਕੱਡਾਂ ਨਾਲੇ ਰੋਵਾ ਮਾਹੀ ਮੇਰਾ ਲਾਮ ਨੋ ਗਿਆ ਕੁਝ ਚਿਰ ਜਦੋਂ ਪ੍ਰਦੇਸ਼ ਗਏ ਮਾਈਏ ਦੀ ਕੋਈ ਖਬਰ ਸੁਰਤ ਨਹੀਂ ਆਉਂਦੀ ਤਾਂ ਉਹ ਕੋਠੇ ਤੋਂ ਕਾਂ ਉਡਾਉਂਦੀ ਹੈ ਉਹ ਉਸ ਨੂੰ ਮਿਲਣ ਲਈ ਬੇਕਰਾਰ ਰਹਿੰਦੀ ਹੈ ਤੇ ਚਿੱਠੀਆਂ ਵਿੱਚ ਉਸਦੇ ਮਾਪਿਓ ਦੇ ਮਰਨ ਦੀਆਂ ਝੂਠੀਆਂ ਖਬਰਾਂ ਲਿਖ ਕੇ ਅੰਤ ਆਪਣੇ ਮਰਨ ਦੀ ਖਬਰ ਲਿਖ ਕੇ ਤ੍ਰਿਆ ਚਲਿੱਤਰ ਖੇਡਦੀ ਹੋਈ ਉਸ ਨੂੰ ਬੁਲਾ ਲੈਂਦੀ ਹੈ ਪ੍ਰਸ਼ਨ 10 ਜੰਗ ਵਿੱਚ ਗਏ ਪਤੀ ਦੀ ਪਤਨੀ ਵਿਚਾਰ ਕਿਹੋ ਜਿਹਾ ਚਿੱਠੀ ਪੱਤਰ ਹੁੰਦਾ ਹੈ ਉੱਤਰ ਵਿਛੋੜੇ ਵਿੱਚ ਤੜਫ ਰਹੀ ਪਤਨੀ ਨੂੰ ਡਾਕੀਆ ਅਚਾਨਕ ਉਸਦੇ ਪਤੀ ਦੀ ਚਿੱਠੀ ਲਿਆ ਕੇ ਦਿੰਦਾ ਹੈ। ਚਿੱਠੀ ਪੜਦਿਆਂ ਪਿਆਰ ਤੇ ਵਿਛੋੜੇ ਦੀਆਂ ਲੰਮੀਆਂ ਕਹਾਣੀਆਂ ਪੜ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਛਲਕ ਪੈਂਦੇ ਹਨ। ਕੀ ਕਹਿੰਦੀ ਹੈ? ਮਾਹੀ ਦੀ ਚਿੱਠੀ ਮੈਂ ਬਾਚਣ ਲੱਗੀ, ਨੈਣਾ ਨੇ ਪਾਈ ਗੁਬਾਰੀ, ਨਾ ਡੁੱਲੋ ਨਾ ਡੁੱਲੋ ਅਖਿਓ, ਚਿੱਠੀ ਤੇ ਬਾਚਣ ਦਿਓ ਸਾਰੀ। ਚਿੱਠੀ ਪੜ ਕੇ ਉਸ ਨੂੰ ਸਰਨਾਵਾ ਮਿਲ ਜਾਂਦਾ ਹੈ ਤੇ ਉਹ ਆਪਣੇ ਢੋਲ ਨੂੰ ਇਸ ਤਰ੍ਹਾਂ ਚਿੱਠੀ ਲਿਖਣ ਬੰਦੀ ਹੈ। ਕੀ ਲਿਖਦੀ ਹੈ? ਵਤਨਾ ਦੀ ਬਾਪੱਖ ਲੈ ਹੁਣ ਛੱਡ ਦੇ ਬਲੈਤਾਂ ਦਾ ਖਹਿੜਾ ਚਿੱਠੀਆਂ ਦੇ ਵਟਾਂਦਰਿਆਂ ਵਿੱਚ ਸਾਰੇ ਘਰ ਵਿੱਚ ਬੈਠੀ ਵਿਛੋੜੇ ਵਿੱਚ ਤੜਫ ਰਹੀ ਨਾਰ ਦੇ ਪਰਿਵਾਰ ਦੇ ਹੋਰਾਂ ਜੀਆਂ ਨਾਲ ਸੰਬੰਧਾ ਪਤੀ ਦੀ ਇੱਛਾ ਤੇ ਘਰ ਵਿੱਚ ਜੋ ਅਸਲ ਹਾਲਤ ਰਹਿੰਦੀ ਹੈ ਉਸ ਦਾ ਵੀ ਖੂਬ ਨਿਰੂਪਣ ਹੋਇਆ ਮਿਲਦਾ ਹੈ ਗੋਰੀ ਕੀ ਕਹਿੰਦੀ ਹੈ ਸੱਸ ਵੀ ਨਾ ਮਾਂ ਬਣੇ ਸੋਹਰਾ ਵੀ ਨਾ ਪਿਓ ਬਣੇ ਛੋਟਾ ਦਿਓਰ ਸਾਹਮਣਾ ਸ਼ਰੀਕ ਗੱਭਰੂ ਕੀ ਕਹਿੰਦਾ ਲਾਵਿਆਂ ਨੂੰ ਲਾਲਵੇਂ ਕਣਕਾਂ ਵਢਾ ਲਈ ਮਿਲਣ ਨਾਲ ਛੁੱਟੀਆਂ ਸਾਡਾ ਘਰ ਆਉਣਾ ਨਹੀਂ ਚੇਤ ਵਿਸਾਖ ਮਾਹੀ ਦਾ ਘਰ ਆਉਣਾ ਔਖਾ ਹੈ ਅੱਕ ਕੇ ਵਿਚਾਰੀ ਤ੍ਰਿਆ ਚਲਿਤਰ ਰਚਾਉਣੇ ਸ਼ੁਰੂ ਕਰ ਦਿੰਦੀ ਹੈ ਪਹਿਲਾਂ ਉਹ ਉਸ ਦੀ ਮਾਂ ਦੇ ਮਰਨ ਮਰਨ ਤੇ ਫਿਰ ਪਿਓ ਦੇ ਮਰਨ ਬਾਰੇ ਲਿਖਦੀ ਹੈ ਪਰ ਇਸ ਦਾ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਲਿਖ ਕੇ ਭੇਜਦੀ ਹੈ ਕਿ ਉਸ ਦੀ 나ਜੋ ਨਾਰ ਹੀ ਮਰ ਗਈ ਹੈ ਜਿਸ ਨੂੰ ਸੁਣਦਿਆ ਸਾਰ ਉਹ ਚੋਰੀ ਨੌਕਰੀ ਛੱਡ ਕੇ ਘਰ ਨੂੰ ਦੌੜਦਾ ਹੈ ਤੇ ਘਰ ਪਹੁੰਚ ਕੇ ਉਸ ਨੂੰ ਚੰਗੀ ਪਲੀ ਦੇਖ ਕੇ ਹੈਰਾਨ ਹੁੰਦਾ ਹੈ ਹੁਣ ਅਗੇ ਲੋਕੀ ਦੇ ਬੋਲ ਹੈ ਰਾਹੀ ਮੁਸਾਫਿਰ ਜਾਂਦਿਆ ਲਈ ਸੁਨੇਹਾ ਜਾ ਆਖ ਦੇਣਾ ਮੇਰੇ ਕੰਤ ਨੂੰ ਨਾਰ ਮੋਈ ਕਰ ਆ ਕਿੱਥੇ ਤਾਂ ਸੁੱਟਾਂ ਪਗੜੀ ਕਿੱਥੇ ਤਾਂ ਮਾਰਾਂ ਤਾਂ ਮੇਮ ਸਾਹਿਬ ਦੀ ਨੌਕਰੀ ਗਿਆ ਮੈਂ ਛੱਡ ਕੇ ਆ ਕਿੱਲੀ ਤੇ ਟੰਗ ਦੇ ਪਗੜੀ ਬੈਠ ਪਲੰਗ ਤੇ ਆ ਵੇਖ ਚਲਿੱਤਰ ਨਾਰ ਦਾ ਕਿਸ ਵਿਦ ਲਿਆ ਬੁਲਾ ਪ੍ਰਸ਼ਨ 11ਵਾਂ ਲੋਕਗੀਤਾਂ ਵਿੱਚ ਪ੍ਰਾਤਨ ਜੰਗਾਂ ਦਾ ਕਿਸ ਤਰ੍ਹਾਂ ਨਿਰੂਪਣ ਹੋਇਆ ਹੈ ਉੱਤਰ ਲੋਕਗੀਤਾਂ ਦਾ ਸੰਬੰਧ ਕਾਬਲ ਦੀਆਂ ਮੁਹਿੰਮਾਂ ਅਤੇ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਤੋਂ ਪਹਿਲੀਆਂ ਲੜਾਈਆਂ ਨਾਲ ਵੀ ਹੈ ਜਿਵੇਂ ਚਿੱਟਿਆਂ ਦੰਦਾਂ ਵਿੱਚ ਮੇਖਾਂ ਦੀ ਜਰਦੀ ਬੋਲ ਨਾ ਸਕਦੀ ਸ਼ਰੀਕਾਂ ਤੋਂ ਡਰਦੀ ਕਾਬਲ ਜਾਂਦਿਆ ਗੱਲ ਸੁਣ ਕੇ ਜਾਵੀ ਨਾ ਜੋਕ ਜ਼ਿੰਦਗੀ ਨੂੰ ਨਾ ਦਰਸਾਣੀ ਪੰਜਾਬੀ ਸਰਦਾਰ ਦਾ ਇਕਲੌਤਾ ਪੁੱਤਰ ਸਿੱਖਾਂ ਤੇ ਅੰਗਰੇਜ਼ਾਂ ਦੀ ਚੇਲਿਆਂ ਵਾਲੇ ਗੁਜਰਾਤ ਦੀ ਲੜਾਈ ਵਿੱਚ ਮਾਰਿਆ ਜਾਂਦਾ ਹੈ ਜਿਸ ਦਾ ਉਸ ਦੀ ਸੱਜ ਵਿਆਹੀ ਪਤਨੀ ਤੋਂ ਲੁਕਾ ਰੱਖਿਆ ਜਾਂਦਾ ਹੈ ਪਰ ਅੰਤ ਉਸ ਦਾ ਨਨਾਨਾ ਪਾਸੋਂ ਭੇਤ ਖੁੱਲ ਜਾਂਦਾ ਹੈ ਜਿਸ ਦਾ ਨੂੰ ਸਹੁਰੇ ਤੇ ਨਨਾਨ ਦੀ ਗੱਲਬਾਤ ਦੇ ਰੂਪ ਵਿੱਚ ਜ਼ਿਕਰ ਮਿਲਦਾ ਹੈ ਨੂੰ ਕੀ ਕਹਿੰਦੀ ਹੈ ਇੱਕ ਅਰਜ ਕਰਾਂ ਸਹੁਰੇ ਸਾਹਿਬ ਅੱਗੇ ਸਿੰਘ ਜੀ ਪੁੱਤ ਕਿਹੜੀ ਮੁਹਿੰਮ ਤੇ ਤੋਰਿਆਈ ਸਹੁਰਾ ਕੀ ਕਹਿੰਦਾ ਬੈਠ ਬੈਠ ਨੂੰਹੇ ਨਹੀਂ ਘਰਬਾਰ ਤੇਰਾ ਉਹ ਗੋਜਰਾਤ ਸੱਚੀ ਪੱਕੀ ਖੇੜਦਾਈ ਇਸ ਤੋਂ ਇਲਾਵਾ ਸਿੰਘਾਂ ਦੇ ਕਾਠੀਆਂ ਤੋਂ ਬਿਨਾ ਅਲਾਣੀਆਂ ਘੋੜੀਆਂ ਉੱਤੇ ਚੜ ਕੇ ਜੰਗ ਲਈ ਵਹੀਰਾ ਕੱਤਣ ਦਾ ਜਿਕਰ ਵੀ ਲੋਕ ਗੀਤਾਂ ਵਿੱਚ ਮਿਲਦਾ ਹੈ। ਪ੍ਰਸ਼ਨ 12ਵਾਂ ਲੋਕ ਗੀਤਾਂ ਵਿੱਚ ਇਤਿਹਾਸ નિબંધ ਵਿੱਚ ਪੇਸ਼ ਕੀਤੇ ਗਏ ਲੋਕ ਗੀਤਾਂ ਵਿੱਚੋਂ ਤਤਕਾਲੀਨ ਸੱਭਿਆਚਾਰ ਦੀ ਕਿਹੋ ਜਿਹੀ ਝਲਕ ਮਿਲਦੀ ਹੈ? ਉੱਤਰ ਇਹਨਾਂ ਲੋਕ ਗੀਤਾਂ ਵਿੱਚੋਂ ਜਿੱਥੇ ਸਾਨੂੰ ਪੰਜਾਬੀ ਨੌਜਵਾਨਾਂ ਦੇ ਜੰਗਾਂ ਵਿੱਚ ਜਾਣਾਰੇ ਪਤਾ ਲੱਗਦਾ ਹੈ। ਉੱਥੇ ਅੰਗਰੇਜ਼ੀ ਰਾਜ ਵਿੱਚ ਰੇਲ ਗੱਡੀਆਂ ਵਿੱਚ ਬੰਬਈ ਤੱਕ ਸਫ਼ਰ ਕਰਨ ਸਟੇਸ਼ਨਾਂ ਉੱਤੇ ਮਿਲਾਪ ਤੇ ਵਿਦਾਇਗੀ ਹੋਣ ਅਤੇ ਚਿੱਠੀ ਪੱਤਰ ਲੇਖਣ ਦੇ ਸਿਲਸਿਲੇ ਦੇ ਸੰਕੇਤ ਵੀ ਮਿਲਦੇ ਹਨ ਇਸ ਨੇ ਬੰਦ ਵਿੱਚੋਂ ਪੰਜਾਬੀ ਜੀਵਨ ਵਿੱਚ ਪਾਂਦਿਆਂ ਤੇ ਨਜ਼ੂਮੀਆਂ ਦੀ ਹੋਂਦ ਮੱਝਾਂ ਚੋਣ ਤੰਦੂਰ ਉੱਤੇ ਰੋਟੀਆਂ ਲਾਉਣ ਲਾਵਿਆਂ ਤੋਂ ਕਣਕਾਂ ਵੜਾਉਣ ਪੀੜੇ ਉੱਤੇ ਕੁੰਡ ਕੱਢੀ ਬੈਠੀ ਣਾਰ ਪਲੰਘਾਂ ਉੱਤੇ ਬੈਠਣ ਬੋੜਾਂ ਦੀਆਂ ਗੋਲਾਂ ਮੰਝੀਆਂ ਖੇਸਾਂ ਟਸਰ ਦੇ ਕੋੜਤੇ ਤੇ ਉੜਦੇ ਕਾਵਾਂ ਦੀ ਹੋਂਦ ਚੂਰੀਆਂ ਕੁੱਟਣ ਤੇ ਘਰਾਂ ਵਿੱਚ ਸੱਸਾਂ ਸਹੌਰਿਆਂ ਨਨਾਣਾ ਦੇ ਸੰਬੰਧਾਂ ਦੇ ਨਜ਼ਾਰੇ ਪੁਰਾਤਨ ਪੰਜਾਬੀ ਸਭਿਆਚਾਰ ਨੂੰ ਭਰਪੂਰ ਰੂਪ ਵਿੱਚ ਉਭਾਰਦੇ ਹਨ ਪ੍ਰਸ਼ਨ 13ਵਾਂ ਜੰਗ ਸੰਬੰਧੀ ਲੋਕਗੀਤਾਂ ਦੀ ਰਚਨਾ ਕਿਹੜੀਆਂ-ਕਿਹੜੀਆਂ ਲੜਾਈਆਂ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ ਉੱਤਰ ਜੰਗ ਸੰਬੰਧੀ ਲੋਕਗੀਤਾਂ ਦੀ ਰਚਨਾ ਕਾਬਲ ਦੀਆਂ ਮੁਹਿੰਮਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੋਂ ਇਲਾਵਾ ਇਨਾ ਤੋਂ ਪਹਿਲਾਂ ਦੀਆਂ ਲੜਾਈਆਂ ਬਾਰੇ ਵੀ ਕੀਤੀ ਗਈ ਇਸ ਤੋਂ ਪਿੱਛੋਂ ਦੋਹਾਂ ਸੰਸਾਰ ਜੰਗਾਂ ਤੋਂ ਪ੍ਰਭਾਵਿਤ ਹੋ ਕੇ ਵੀ ਲੋਕਗੀਤਾਂ ਦੀ ਰਚਨਾ ਕੀਤੀ ਗਈ ਅਗਰ ਇਹ ਵੀਡੀਓ ਕਿਸੇ ਵੀ ਤਰ੍ਹਾਂ ਤੁਹਾਡੇ ਲਈ ਲਾਹੇਵੰਦ ਹੋਵੇ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ